ਚੀਜ਼ਾਂ ਨੂੰ ਅਸੀਂ ਰੋਕਣ ਦੇ ਲਈ ਇੱਥੇ ਆਏ ਆ। ਜਾਂ ਤਾਂ ਬੰਦਾ ਪੱਗ ਨਾ ਬੰਨੂ ਸਿਰ ਤੇ ਜੋ ਮਰਜ਼ੀ ਕਰੇ, ਜੇ ਇਹਨੇ ਇਹੀ ਕੰਮ ਕਰਨਾ ਫਿਰ ਇਹਨੂੰ ਸਿਰ ਤੇ ਪੱਗ ਨਹੀਂ ਬੰਨਣ ਦੇ। ਤੁਸੀਂ ਅੱਜ ਆਏ ਅੰਦਰ ਬਲੇਅਰ ਸਾਹਿਬ ਮਿਲਿਆ ਜਾਂ ਨਹੀਂ ਮਿਲਿਆ ਜੀ? ਕੋਈ ਗੱਲਬਾਤ ਹੋਈ ਹੋਵੇ? ਨਹੀਂ ਮਿਲਿਆ, ਫੋਨ ਤੇ ਕੋਈ ਗੱਲਬਾਤ ਹੋਈ ਹੋਵੇ? ਫੋਨ ਚੁੱਕਦਾ ਨਹੀਂ ਜੀ ਸਾਡਾ। ਬਾਬਾ ਜੀ ਦੇਖੇ ਜਾਵੇ ਕੁੱਲਰ ਦੇ ਨਾਲ ਜਿਹੜੇ ਓਨਰ ਹੈ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਖੜੇ ਹੁੰਦੇ ਆ, ਹਰ ਰੋਜ਼ ਹਰ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜਾ ਰਹੇ ਆ। ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸੈਲੀਬ੍ਰਿਟੀ ਬਣ ਗਏ ਆ, ਵਿਵਾਦਾਂ 'ਚ ਰਹਿ ਕੇ ਸ਼ਾਇਦ ਇਹ ਆਪਣੇ ਆਪ ਨੂੰ ਟੀਆਰਪੀ ਆਪਣੀ ਜਿਹੜੀ ਵਧਾਉਣਾ ਚਾਹੁੰਦੇ ਆ, ਮਗਰ ਇਦਾਂ ਦੀ ਕੋਈ ਗੱਲ ਨਹੀਂ ਆ। ਜੇ ਸੋਸ਼ਲ ਮੀਡੀਆ ਤੇ ਗੰਦ ਵਿਕਦਾ ਤੇ ਅਸੀਂ ਇਹੋ ਜਿਹੇ ਬੰਦੇ ਨੂੰ ਉਹਦਾ ਜ਼ਰੀਆ ਨਹੀਂ ਬਣਨ ਦੇਣਾ ਜਦ ਤੱਕ ਇਹਨੇ ਸਿਰ ਤੇ ਪੱਗ ਬੰਨੀ ਆ। ਜੇ ਤਾਂ ਇਹ ਪੱਗ ਬੰਨ ਕੇ ਇਹੋ ਜਿਹਾ ਕੰਮ ਕਰੂਗਾ ਤੇ ਅਗਲੀ ਵਾਰੀ ਤਾਂ ਫਿਰ ਇਹਨੂੰ ਜਿੱਥੋਂ ਮਰਜ਼ੀ ਅਸੀਂ ਲੱਭ ਹੀ ਲਾਂਗੇ। ਜੇ ਗੱਲ ਕਰਾਂ ਪਿਛਲੇ ਦਿਨੀ ਵੀ ਇੱਕ ਵੀਡੀਓ ਇਹਨਾਂ ਨੂੰ ਸ਼ੇਅਰ ਕਰ ਦਿੱਤੀ ਗਈ ਸੀ, ਅਸਲੀ ਵੀਡੀਓ ਬਾਅਦ ਚੋਂ ਰੋਲੇ ਦਿਖਾਈ ਦਿੱਤੇ, ਇਹ ਕਹਿੰਦਾ ਗਲਤੀ ਨਾ ਹੋਵੇ ਮਾਫੀਆ ਮੰਗਦੇ ਦਿਖਾਈ ਦਿੱਤੇ। ਉਹ ਅਸ਼ਲੀਲ ਵੀਡੀਓ ਨਾ ਇਹਨੇ ਆਪ ਵਾਇਰਲ ਕਰਾਈ ਸੀਗੀ। ਇਹਨੂੰ ਪੁੱਛੋ ਜਿਹੜੀ ਇਹਦੇ ਪਰਸਨਲ ਫੋਨ ਵਿੱਚ ਚੀਜ਼ ਆ ਉਹ ਬਾਹਰ ਕਿੱਦਾਂ ਗਈ, ਜਿਹੜੀਆਂ ਕੁੜੀਆਂ ਤੇ ਇਹਨੇ ਇਲਜ਼ਾਮ ਲਾ ਕੇ ਉਹਨੂੰ ਜੇਲ੍ਹਾਂ 'ਚ ਭੇਜਿਆ, ਉਹ ਕੁੜੀਆਂ ਅੱਜ ਤੱਕ ਸਮਾਜ ਵਿੱਚ ਸਾਹਮਣੇ ਨਹੀਂ ਆ ਸਕੀਆਂ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਉਹਨਾਂ ਨੂੰ ਕਈ ਤਰੀਕੇ ਦੀਆਂ ਜਿਹੜੀਆਂ ਲਾਲਚ ਜਾਂ ਧਮਕੀਆਂ ਦਿੱਤੀਆਂ ਗਈਆਂ। ਜਿਹੜੇ ਇਹ ਬੰਦੇ ਆਪਣੇ ਆਪ ਨੂੰ ਦੱਸਦੇ ਫਿਰਦੇ ਨੇ ਕਿ ਅਸੀਂ ਬੜੇ ਸਮਾਜ ਦੇ ਵਿੱਚ ਜਿਹੜੇ ਤਰੀਕੇ ਨਾਲ ਰਹਿਣ ਵਾਲੇ ਲੋਕ ਆ, ਇਹਨਾਂ ਦੀਆਂ ਜਿਹੜੀ ਬਦਸਲੂਕੀਆਂ ਉਹ ਤਾਂ ਸਾਹਮਣੇ ਆ ਹੀ ਗਈਆਂ ਆ। ਉਸ ਦੇ ਬਾਵਜੂਦ ਵੀ ਜਿਹੜਾ ਰੋ ਰੋ ਕੇ ਆਪਣੇ ਆਪ ਨੂੰ ਸੱਚਾ ਬਣਦਾ ਸੀ, ਆਪਣੇ ਬੱਚੇ ਦੇ ਵਾਸਤੇ ਦਿੰਦਾ ਸੀਗਾ, ਅੱਜ ਫਿਰ ਆਪਣੇ ਬੱਚੇ ਦੀ ਆਈਡੀ ਬਣਾ ਕੇ ਉਹਦੇ ਤੋਂ ਵੱਖਰਾ ਲੁਚਪਣਾ ਕਰਨ ਡਿਆ ਤੇ ਆਪਣੀ ਆਈਡੀਆਂ ਤੋਂ ਵੱਖਰਾ ਕਰਨ ਡਿਆ। ਸਿੰਘ ਸਾਹਿਬ ਜਿਹੜੇ ਚੈਨਲਸ ਇੰਟਰਵਿਊ ਵਗੈਰਾ ਲੈਂਦੇ ਹੈਗੇ ਉਹਨਾਂ ਨੂੰ ਵੀ ਕੋਈ ਸਿਰਿਆ ਲਾਉਣਾ? ਬਿਲਕੁਲ, ਜਿਹੜੇ ਪੋਡਕਾਸਟ ਕਰਦੇ ਫਿਰਦੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਸੈਲੀਬ੍ਰਿਟੀ ਸਮਝਦੇ ਉਹਨਾਂ ਦੇ ਲੱਖ ਦੀ ਲਾਹਨਤ ਆ। ਉਹਨਾਂ ਬੰਦਿਆਂ ਨੂੰ ਜੇ ਕੋਈ ਸਮਾਜ ਵਿੱਚ ਸੁਧਾਰ ਨਹੀਂ ਕਰ ਸਕਦਾ ਤੇ ਵਿਗਾੜ ਕਰਨ ਦਾ ਅਧਿਕਾਰ ਨਹੀਂ ਹੈਗਾ, ਤੇ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਤੁਸੀਂ ਵੀ ਬੰਦੇ ਬਣ ਜਾਓ, ਜੋ ਫਿਰ ਇਹਨਾਂ ਨਾਲ ਸਲੂਕ ਹੁੰਦਾ ਤੁਹਾਡੇ ਨਾਲ ਵੀ ਹੋਊਗਾ। ਸਟਾਫ ਤੇ ਜੀ ਉਹਨਾਂ ਦੀ ਲੜਕੀਆਂ ਹੈਗੀਆਂ ਜੀ, ਉਹ ਅੱਗੇ ਵੱਧ ਵੱਧ ਪੈਂਦੀਆਂ ਗਲੇ ਨੂੰ ਪੈਂਦੀਆਂ, ਉਹ ਤਾਂ ਚਾਹੁੰਦੀਆਂ ਕਿ ਇਲਜ਼ਾਮ ਲਾਣ ਕੋਈ, ਤੇ ਅਸੀਂ ਇਦਾਂ ਦੇ ਇਲਜ਼ਾਮ ਦੇ ਵਿੱਚ ਮਤਲਬ ਨਹੀਂ ਆਪਣੇ ਆਪ ਨੂੰ ਚਾਹੁੰਦੇ ਕਿ ਬਦਨਾਮੀ ਕਰੀਏ, ਤਾਂ ਕਰਕੇ ਅਸੀਂ ਉਹਨਾਂ ਨੂੰ ਜ਼ਿਆਦਾ ਕੁਛ ਨਹੀਂ ਕਿਹਾ। ਅਸੀਂ ਹੁਣ ਕਿਹਾ ਆਪਣੇ ਭਰਾ ਨੂੰ ਬੁਲਾਓ, ਉਹਦੇ ਨਾਲ ਗੱਲ ਕਰਾਂਗੇ। ਮੈਸੇਜ ਕੀ ਦੇਣਾ ਚਾਹੁੰਦੇ ਸਹਿਜ ਨੂੰ? ਮੈਸੇਜ ਬਿਲਕੁਲ ਕਲੀਅਰ ਹੈ ਜੀ, ਸਹਿਜ ਅਰੋੜਾ ਜਾ ਸਿਰੋਂ ਪੱਗ ਲਾ ਦੇਵੇ, ਜੋ ਮਰਜ਼ੀ ਕਰੇ ਸਾਡੇ ਵੱਲੋਂ ਨੰਗਾ ਹੋ ਕੇ ਨੱਚੇ, ਜੇ ਇਹਨੇ ਸਿਰ ਤੇ ਪੱਗ ਬੰਨੀ ਆ ਫਿਰ ਉਹ ਵੀਡੀਓ ਨਹੀਂ ਪਾਊਗਾ। ਚੀਜ਼ਾਂ ਨੂੰ ਅਸੀਂ ਰੋਕਣ ਦੇ ਲਈ ਇੱਥੇ ਆਏ ਹਾਂ। ਜਾਂ ਤਾਂ ਬੰਦਾ ਪੱਗ ਨਾ ਬੰਨੂ ਸਿਰ ਤੇ ਜੋ ਮਰਜ਼ੀ ਕਰੇ, ਜੇ ਇਹਨੇ ਇਹੀ ਕੰਮ ਕਰਨਾ ਫਿਰ ਇਹਨੂੰ ਸਿਰ ਤੇ ਪੱਗ ਨਹੀਂ ਬੰਨਣ ਦੇ। ਤੁਸੀਂ ਅੱਜ ਆਏ ਅੰਦਰ ਬਲੇਅਰ ਸਾਹਿਬ ਮਿਲਿਆ ਜਾਂ ਨਹੀਂ ਮਿਲਿਆ ਜੀ? ਕੋਈ ਗੱਲਬਾਤ ਹੋਈ ਹੋਵੇ? ਨਹੀਂ ਮਿਲਿਆ, ਫੋਨ ਤੇ ਕੋਈ ਗੱਲਬਾਤ ਹੋਈ ਹੋਵੇ? ਫੋਨ ਚੁੱਕਦਾ ਨਹੀਂ ਜੀ ਸਾਡਾ। ਬਾਬਾ ਜੀ ਦੇਖੇ ਜਾਵੇ ਕੁੱਲਰ ਦੇ ਨਾਲ ਜਿਹੜੇ ਓਨਰ ਹੈ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਖੜੇ ਹੁੰਦੇ ਆ, ਹਰ ਰੋਜ਼ ਹਰ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜਾ ਰਹੇ ਆ। ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸੈਲੀਬ੍ਰਿਟੀ ਬਣ ਗਏ ਆ, ਵਿਵਾਦਾਂ 'ਚ ਰਹਿ ਕੇ ਸ਼ਾਇਦ ਇਹ ਆਪਣੇ ਆਪ ਨੂੰ ਟੀਆਰਪੀ ਆਪਣੀ ਜਿਹੜੀ ਵਧਾਉਣਾ ਚਾਹੁੰਦੇ ਆ, ਮਗਰ ਇਦਾਂ ਦੀ ਕੋਈ ਗੱਲ ਨਹੀਂ ਆ। ਜੇ ਸੋਸ਼ਲ ਮੀਡੀਆ ਤੇ ਗੰਦ ਵਿਕਦਾ ਤੇ ਅਸੀਂ ਇਹੋ ਜਿਹੇ ਬੰਦੇ ਨੂੰ ਉਹਦਾ ਜ਼ਰੀਆ ਨਹੀਂ ਬਣਨ ਦੇਣਾ ਜਦ ਤੱਕ ਇਹਨੇ ਸਿਰ ਤੇ ਪੱਗ ਬੰਨੀ ਆ। ਜੇ ਤਾਂ ਇਹ ਪੱਗ ਬੰਨ ਕੇ ਇਹੋ ਜਿਹਾ ਕੰਮ ਕਰੂਗਾ ਤੇ ਅਗਲੀ ਵਾਰੀ ਤਾਂ ਫਿਰ ਇਹਨੂੰ ਜਿੱਥੋਂ ਮਰਜ਼ੀ ਅਸੀਂ ਲੱਭ ਹੀ ਲਾਂਗੇ। ਜੇ ਗੱਲ ਕਰਾਂ ਪਿਛਲੇ ਦਿਨੀ ਵੀ ਇੱਕ ਵੀਡੀਓ ਇਹਨਾਂ ਨੂੰ ਸ਼ੇਅਰ ਕਰ ਦਿੱਤੀ ਗਈ ਸੀ, ਅਸਲੀ ਵੀਡੀਓ ਬਾਅਦ ਚੋਂ ਰੋਲੇ ਦਿਖਾਈ ਦਿੱਤੇ, ਇਹ ਕਹਿੰਦਾ ਗਲਤੀ ਨਾ ਹੋਵੇ ਮਾਫੀਆ ਮੰਗਦੇ ਦਿਖਾਈ ਦਿੱਤੇ। ਉਹ ਅਸ਼ਲੀਲ ਵੀਡੀਓ ਨਾ ਇਹਨੇ ਆਪ ਵਾਇਰਲ ਕਰਾਈ ਸੀਗੀ। ਇਹਨੂੰ ਪੁੱਛੋ ਜਿਹੜੀ ਇਹਦੇ ਪਰਸਨਲ ਫੋਨ ਵਿੱਚ ਚੀਜ਼ ਆ ਉਹ ਬਾਹਰ ਕਿੱਦਾਂ ਗਈ, ਜਿਹੜੀਆਂ ਕੁੜੀਆਂ ਤੇ ਇਹਨੇ ਇਲਜ਼ਾਮ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਭੇਜਿਆ, ਉਹ ਕੁੜੀਆਂ ਅੱਜ ਤੱਕ ਸਮਾਜ ਵਿੱਚ ਸਾਹਮਣੇ ਨਹੀਂ ਆ ਸਕੀਆਂ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਉਹਨਾਂ ਨੂੰ ਕਈ ਤਰੀਕੇ ਦੀਆਂ ਜਿਹੜੀਆਂ ਲਾਲਚ ਜਾਂ ਧਮਕੀਆਂ ਦਿੱਤੀਆਂ ਗਈਆਂ। ਜਿਹੜੇ ਇਹ ਬੰਦੇ ਆਪਣੇ ਆਪ ਨੂੰ ਦੱਸਦੇ ਫਿਰਦੇ ਨੇ ਕਿ ਅਸੀਂ ਬੜੇ ਸਮਾਜ ਦੇ ਵਿੱਚ ਜਿਹੜੇ ਤਰੀਕੇ ਨਾਲ ਰਹਿਣ ਵਾਲੇ ਲੋਕ ਆ, ਇਹਨਾਂ ਦੀਆਂ ਜਿਹੜੀ ਬਦਸਲੂਕੀਆਂ ਉਹ ਤਾਂ ਸਾਹਮਣੇ ਆ ਹੀ ਗਈਆਂ ਆ। ਉਸ ਦੇ ਬਾਵਜੂਦ ਵੀ ਜਿਹੜਾ ਰੋ ਰੋ ਕੇ ਆਪਣੇ ਆਪ ਨੂੰ ਸੱਚਾ ਬਣਦਾ ਸੀ, ਆਪਣੇ ਬੱਚੇ ਦੇ ਵਾਸਤੇ ਦਿੰਦਾ ਸੀਗਾ, ਅੱਜ ਫਿਰ ਆਪਣੇ ਬੱਚੇ ਦੀ ਆਈਡੀ ਬਣਾ ਕੇ ਉਹਦੇ ਤੋਂ ਵੱਖਰਾ ਲੁਚਪਣਾ ਕਰਨ ਡਿਆ ਤੇ ਆਪਣੀ ਆਈਡੀਆਂ ਤੋਂ ਵੱਖਰਾ ਕਰਨ ਡਿਆ। ਸਿੰਘ ਸਾਹਿਬ ਜਿਹੜੇ ਚੈਨਲਸ ਇੰਟਰਵਿਊ ਵਗੈਰਾ ਲੈਂਦੇ ਹੈਗੇ ਉਹਨਾਂ ਨੂੰ ਵੀ ਕੋਈ ਸਿਰਿਆ ਲਾਉਣਾ? ਬਿਲਕੁਲ, ਜਿਹੜੇ ਪੋਡਕਾਸਟ ਕਰਦੇ ਫਿਰਦੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਸੈਲੀਬ੍ਰਿਟੀ ਸਮਝਦੇ ਉਹਨਾਂ ਦੇ ਲੱਖ ਦੀ ਲਾਹਨਤ ਆ। ਉਹਨਾਂ ਬੰਦਿਆਂ ਨੂੰ ਜੇ ਕੋਈ ਸਮਾਜ ਵਿੱਚ ਸੁਧਾਰ ਨਹੀਂ ਕਰ ਸਕਦਾ ਤੇ ਵਿਗਾੜ ਕਰਨ ਦਾ ਅਧਿਕਾਰ ਨਹੀਂ ਹੈਗਾ, ਤੇ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਤੁਸੀਂ ਵੀ ਬੰਦੇ ਬਣ ਜਾਓ, ਜੋ ਫਿਰ ਇਹਨਾਂ ਨਾਲ ਸਲੂਕ ਹੁੰਦਾ ਤੁਹਾਡੇ ਨਾਲ ਵੀ ਹੋਊਗਾ। ਸਟਾਫ ਤੇ ਜੀ ਉਹਨਾਂ ਦੀ ਲੜਕੀਆਂ ਹੈਗੀਆਂ ਜੀ, ਉਹ ਅੱਗੇ ਵੱਧ ਵੱਧ ਪੈਂਦੀਆਂ ਗਲੇ ਨੂੰ ਪੈਂਦੀਆਂ, ਉਹ ਤਾਂ ਚਾਹੁੰਦੀਆਂ ਕਿ ਇਲਜ਼ਾਮ ਲਾਣ ਕੋਈ, ਤੇ ਅਸੀਂ ਇਦਾਂ ਦੇ ਇਲਜ਼ਾਮ ਦੇ ਵਿੱਚ ਮਤਲਬ ਨਹੀਂ ਆਪਣੇ ਆਪ ਨੂੰ ਚਾਹੁੰਦੇ ਕਿ ਬਦਨਾਮੀ ਕਰੀਏ, ਤਾਂ ਕਰਕੇ ਅਸੀਂ ਉਹਨਾਂ ਨੂੰ ਜ਼ਿਆਦਾ ਕੁਛ ਨਹੀਂ ਕਿਹਾ। ਅਸੀਂ ਹੁਣ ਕਿਹਾ ਆਪਣੇ ਭਰਾ ਨੂੰ ਬੁਲਾਓ, ਉਹਦੇ ਨਾਲ ਗੱਲ ਕਰਾਂਗੇ। ਮੈਸੇਜ ਕੀ ਦੇਣਾ ਚਾਹੁੰਦੇ ਸਹਿਜ ਨੂੰ? ਮੈਸੇਜ ਬਿਲਕੁਲ ਕਲੀਅਰ ਹੈ ਜੀ, ਸਹਿਜ ਅਰੋੜਾ ਜਾ ਸਿਰੋਂ ਪੱਗ ਲਾ ਦੇਵੇ, ਜੋ ਮਰਜ਼ੀ ਕਰੇ ਸਾਡੇ ਵੱਲੋਂ ਨੰਗਾ ਹੋ ਕੇ ਨੱਚੇ, ਜੇ ਇਹਨੇ ਸਿਰ ਤੇ ਪੱਗ ਬੰਨੀ ਆ ਫਿਰ ਉਹ ਵੀਡੀਓ ਨਹੀਂ ਪਾਊਗਾ।